ਕੱਲ ਦਾ ਭਰਿਆ ਪਿਆ ਜੀ, ਜਦੋਂ ਆਉਂਦੇ ਆ ਆ ਕੁਰਸੀਆਂ ਖਾਲੀ ਨਜ਼ਰ ਹੁੰਦੀਆਂ ਨੇ, ਪਤਾ ਨੀ ਕਦੋਂ ਇਹਨਾਂ ਨੇ ਫਿਰ ਚਲੇ ਜਾਣਾ ਜੇ ਬੈਠੇ ਆ ਤੇ ਬੋਲ ਲੈਣ ਦਿਓ ਥੋੜਾ। ਉਹ ਗੜ ਵੀ ਜਿਹੜਾ ਇਹਨਾਂ ਪੁਰਾਣੀਆਂ ਸਰਕਾਰਾਂ ਦਾ ਸੀ, ਉੱਥੇ ਅੱਜ ਭਗਵੰਤ ਮਾਨ ਹੋ ਰਹੀ ਹੈ। ਮੈਂ ਇੰਨੀ ਗੱਲ ਮਾਨ ਨਾਲ ਕਹਿ ਸਕਦਾ ਵੀ ਜੇ ਅਕਾਲੀਆਂ ਕਾਂਗਰਸੀਆਂ ਦੇ ਵੀ ਬਿੱਲ ਜ਼ੀਰੋ ਆਏ ਭਾਵੇਂ ਨਾ ਦੱਸਣ। ਮੈਂ ਮੈਂਬਰ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ, ਜੇ ਇਹਨਾਂ ਦਾ ਸਮਾਂ ਲੱਗੇ ਤਾਂ ਕਿਤੇ ਮੇਰੇ ਬਟਾਲੇ ਸ਼ਹਿਰ ਵਿਖੇ ਆ ਜਾਣ, ਉੱਥੇ ਸਾਡਾ ਉੱਚਾ ਟਿੱਬਾ ਹੈ ਜਿੱਥੇ ਇਹਨਾਂ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ। ਕਬੂਤਰਾਂ ਦੇ ਆਲਣੇ ਬਣ ਚੁੱਕੇ ਸੀ ਉੱਥੇ, ਕਬੂਤਰਾਂ ਦੀ ਜਗ੍ਹਾ ਕੋਈ ਹੋਰ ਨਜ਼ਰ ਨਹੀਂ ਸੀ ਆਉਂਦਾ, ਪਰ ਉੱਥੋਂ ਦੇ ਲੋਕਾਂ ਦੀ ਡਿਮਾਂਡ ਸੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦੀ। ਸਰਕਾਰ ਨੇ ਕਬੂਤਰ ਕਿੱਥੇ ਸੀਗੇ? ਕਬੂਤਰ ਜੀ ਸਾਡੇ ਜਿੱਥੇ ਮੁਹੱਲਾ ਕਲੀਨਿਕ ਹੁਣ ਨਵਾਂ ਖੁੱਲਿਆ, ਕਿਲਾ ਮੰਡੀ ਦੇ ਵਿੱਚ ਇਹਨਾਂ ਦੀ ਪੁਰਾਣੀ ਡਿਸਪੈਂਸਰੀ ਜਿਹੜੀ ਖੰਡਰ ਹੋ ਚੁੱਕੀ ਆ। ਡਾਕਟਰ ਹੈ ਨਹੀਂ ਸੀ ਉਹ 'ਚ? ਹਾਂਜੀ ਡਾਕਟਰ ਹੈ ਨਹੀਂ ਸੀ ਉਹਦੇ 'ਚ? ਨਾ ਜੀ ਡਾਕਟਰ ਕਿੱਥੇ ਜੀ ਉੱਥੇ ਦੇ ਵਿੱਚ, ਉੱਥੇ ਤੇ ਇਹਨਾਂ ਨੇ ਕਬੂਤਰ ਰੱਖੇ ਸੀ ਡਾਕਟਰਾਂ ਦੀ ਜਗ੍ਹਾ। ਸੋ ਮੈਂ ਦੱਸਣਾ ਚਾਹੁੰਦਾ, ਮੈਂ ਗੱਲ ਪ੍ਰੈਕਟਿਕ ਮੈਂ ਗੱਲ ਕਲੀਅਰਲੀ ਕਰੂੰਗਾ, ਸਮਾਂ ਕੱਢਣ ਆ ਕੇ ਵੇਖਣ ਸਪੀਕਰ ਸਾਹਿਬ ਉੱਥੇ ਸਪੀਕਰ ਸਾਹਿਬ ਇੱਕ ਦਿਨ ਦੇ 150 ਪੇਸ਼ੈਂਟ ਜਿਹੜਾ ਉੱਥੇ ਇਲਾਜ ਕਰਾ ਰਿਹਾ, ਮੁਫਤ ਦਵਾਈਆਂ ਮਿਲ ਰਹੀਆਂ ਨੇ, ਮੁਫਤ ਟੈਸਟ ਹੋ ਰਹੇ ਨੇ, ਮੁਫਤ OPD ਹੈ। ਔਰ ਮੈਂ ਦੱਸਣਾ ਚਾਹੁੰਦਾ, ਉਹ ਗੜ ਵੀ ਜਿਹੜਾ ਇਹਨਾਂ ਪੁਰਾਣੀਆਂ ਸਰਕਾਰਾਂ ਦਾ ਸੀ, ਉੱਥੇ ਅੱਜ ਭਗਵੰਤ ਮਾਨ ਹੋ ਰਹੀ ਹੈ ਜੀ। ਥੈਂਕ ਯੂ। ਕੰਕਲੂਡ ਕਰੋ ਜੀ, ਕੰਕਲੂਡ। ਮੈਂ ਜੇ ਗੱਲ ਕਰਾਂ ਖੇਤੀਬਾੜੀ ਦੀ, ਤੁਸੀਂ ਕੰਕਲੂਡ ਹੀ ਕਰ ਲਓ ਹੁਣ। ਸਪੀਕਰ ਸਾਹਿਬ ਅੱਜ ਬੋਲਣ ਦਿਓ ਜੀ। ਅਸਲ ਚ ਸ਼ਹਿਰੀ ਜੀ, ਤੁਹਾਡੀ ਕੱਲ ਦਾ ਭਰਿਆ ਪਿਆ ਜੀ, ਜਦੋਂ ਆਉਂਦੇ ਆ ਆ ਕੁਰਸੀਆਂ ਖਾਲੀ ਨਜ਼ਰ ਹੁੰਦੀਆਂ ਨੇ, ਪਤਾ ਨੀ ਕਦੋਂ ਇਹਨਾਂ ਨੇ ਫਿਰ ਚਲੇ ਜਾਣਾ ਜੇ ਬੈਠੇ ਆ ਤੇ ਬੋਲ ਲੈਣ ਦਿਓ। ਤੁਸੀਂ 2 ਮਿੰਟ ਹੋਰ ਲਾ ਲਓ ਤੇ ਕਰ ਲਓ, 2 ਮਿੰਟ ਹੋਰ ਲਾ ਲਈਏ ਜੀ, ਪੜ੍ਹਨਾ ਨੀ ਗਾ ਪਰ ਚਲੋ ਜੀ ਠੀਕ ਹੈ ਜੀ। ਮੈਂ ਆ ਲਓ ਜੀ ਛੱਡਤਾ ਜੀ, ਇਹ ਪੜ੍ਹਨਾ ਵੀ ਛੱਡਤਾ ਜੀ। ਹੁਣ ਮਾਝੇ ਦੇ ਕੁਲਦੀਪ ਸਿੰਘ ਧਾਲੀਵਾਲ ਕਿੰਨੀਆਂ ਪੰਚਾਇਤ ਜ਼ਮੀਨਾਂ ਛਡਾਈਆਂ ਜੀ ਇਹਨਾਂ ਨੂੰ, ਇਹਨਾਂ ਦਾ ਵੀ ਫਰਜ਼ ਬਣਦਾ ਸੀ ਉਦੋਂ ਛਡਾ ਕੇ ਦਿੰਦੇ। ਭਗਵੰਤ ਮਾਨ ਦੀ ਸਰਕਾਰ ਆਈ, 10,000 ਏਕੜ ਦੇ ਕਰੀਬ ਜ਼ਮੀਨਾਂ ਛਡਾਈਆਂ, ਕੀ ਇਹ ਨਹੀਂ ਸੀ ਛਡਾ ਸਕਦੇ? ਪਰ ਨਹੀਂ, ਔਖਾ ਜੀ ਇਹਨਾਂ ਦਾ। ਮੈਂ ਦੱਸਣਾ ਚਾਹੁੰਦਾ ਫਿਰ ਬਿਜਲੀ ਦੇ ਬਿੱਲ ਗੱਲ ਕਰੀਏ, ਜਦੋਂ ਵੀ ਇਹਨਾਂ ਪੁਰਾਣੀਆਂ ਸਰਕਾਰਾਂ ਦੀ ਦੇਣ ਚੱਲੀ ਬਿਜਲੀ ਦੇ ਬਿੱਲ, ਜਦੋਂ ਕਿਤੇ ਜਾਣਾ ਉਦੋਂ ਕਹਿੰਦੇ ਸੀ ਸਾਡੇ ਵੇਲੇ 200 ਯੂਨਿਟ ਮਾਫ਼ ਸੀ, ਕਦੀ SC ਦਾ ਸਰਟੀਫਿਕੇਟ ਲਿਆਓ, ਕਦੀ ਸਰਪੰਚ ਦੇ ਸੈਨ ਕਰਾ ਲਓ, ਕਦੇ MC ਦੇ ਸੈਨ ਕਰਾ ਲਓ, ਕਦੀ MLA ਦੀ ਸਿਫਾਰਸ਼ ਪਾ ਲਓ। ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 600 ਯੂਨਿਟ ਫਰੀ ਕੀਤਾ ਹੈ, ਅਤੇ ਜੇ ਫਰੀ ਹੋਇਆ, ਮੈਂ ਇੰਨੀ ਗੱਲ ਮਾਨ ਨਾਲ ਕਹਿ ਸਕਦਾ ਵਿੱਚ ਅਕਾਲੀਆਂ ਕਾਂਗਰਸੀਆਂ ਦੇ ਵੀ ਬਿੱਲ 0 ਆਏ ਭਾਵੇਂ ਨਾ ਦੱਸਣ। ਸੋ ਮੈਂ ਦੱਸਣਾ ਚਾਹੁੰਦਾ, ਕਿਸੇ ਸਰਪੰਚ ਕੋ ਜਾਣ ਦੀ ਲੋੜ ਨਹੀਂ ਪਈ, ਕਿਸੇ MLA ਦੀ ਸਿਫਾਰਸ਼ ਕਰਾਉਣ ਦੀ ਲੋੜ ਨਹੀਂ ਪਈ, ਕਿਸੇ MC ਦੇ ਸੈਨਾ ਦੀ ਲੋੜ ਨਹੀਂ ਪਈ। ਜੇ ਲੋੜ ਪਈ ਹੈ ਅਰਵਿੰਦ ਕੇਜਰੀਵਾਲ ਦੀ, ਡਾਕਟਰ ਅੰਬੇਦਕਰ ਵਾਲੀ ਸੋਚ, ਭਗਤ ਸਿੰਘ ਦੀ ਸੋਚ, ਜਿਹਨੇ ਕਦੀ ਵੀ ਕਿਸੇ ਦੇ ਦਰ ਦਰ 'ਤੇ ਜਾਣ ਦੀ ਕਿਸੇ ਲੋਕਾਂ ਨੂੰ ਗਾਹ ਨਹੀਂ ਕੀਤਾ। ਜੇ ਬਿੱਲ ਮਾਫ਼ ਹੋਏ ਨੇ ਤਾਂ ਉਹ ਕਵੱਡਿਓ ਸਾਰਿਆਂ ਦੇ ਹੋਏ ਨੇ। ਉਹ
ਨਹੀਂ ਨਹੀਂ ਹੁਣ ਘਰਾਂ ਘਰਾਂ ਦੇ ਵਿੱਚ ਏਸੀ ਲਾਉਣੇ, 15-15 ਏਸੀ ਲਾਉਣੇ ਤੇ ਬਿੱਲ 37,000 ਦੀ ਗੱਲ ਕਰਨੀ, ਜਾ ਕੇ 600 ਯੂਨਿਟ ਵੇਖੋ ਜਿਨ੍ਹਾਂ ਦੇ ਘੱਟ ਬੜੇ ਆ। ਗੱਲਾਂ ਕਰਦੇ ਮੈਂ ਦੱਸਣਾ ਚਾਹੁੰਦਾ ਸਪੀਕਰ ਸਾਹਿਬ, ਮਾਣਯੋਗ ਮੈਂਬਰ ਸਾਹਿਬ ਬੋਲ ਰਹੇ ਆ, ਇਹਨਾਂ ਨੂੰ ਬੋਲਣ ਦਿਓ, ਚਲੋ ਸਾਡਾ ਦੇਸ਼ ਆਜ਼ਾਦ ਹੋ ਗਿਆ। ਮੇਰੇ ਬਟਾਲੇ ਸ਼ਹਿਰ ਸਬਜ਼ੀ ਮੰਡੀ ਹੈ, 75 ਸਾਲਾਂ ਦੇ ਵਿੱਚ ਉਸ ਸਬਜ਼ੀ ਮੰਡੀ ਤੇ ਸ਼ੈੱਡ ਨਹੀਂ ਸੀ ਪਿਆ। ਮਾਣਯੋਗ ਭਗਵੰਤ ਮਾਨ ਜੀ ਦੀ ਸਰਕਾਰ ਆਈ, ਕੁਲਦੀਪ ਧਾਲੀਵਾਲ ਸਾਹਿਬ ਨੇ ਉਸ ਮੰਡੀ ਦੇ ਉਸ ਸਬਜ਼ੀ ਮੰਡੀ ਦੇ ਉੱਤੇ 2 ਸ਼ੈੱਡ ਜਿਹੜੇ ਆ 1,54,00,000 ਦੀ ਪ੍ਰਵਾਨਗੀ ਦਿੱਤੀ। ਇਹ ਭਗਵੰਤ ਮਾਨ ਦੀ ਸਰਕਾਰ ਕਰ ਸਕਦੀ। ਬਾਜਵਾ ਜੀ, ਸਬਜ਼ੀ ਮੰਡੀ ਦਾ ਸ਼ੈੱਡ ਸਾਡੇ ਵੇਲੇ ਦਾ ਮਨਜ਼ੂਰ ਹੋਇਆ ਤੇ 300 ਕਰੋੜ ਰੁਪਈਆ ਲਗਾ ਪਿਛਲੇ ਕੈਪਟਨ ਸਾਹਿਬ ਦੇ ਵੇਲੇ 'ਚ ਬਟਾਲੇ 'ਚ। ਬਟਾਲੇ ਦੀ ਨੁਹਾਰ ਬਦਲੀ ਆ ਕਲਸੀ ਸਾਹਿਬ, ਉਹ ਵੀ ਜਰਾ ਬੋਲੋ ਬਟਾਲੇ ਦਾ ਕੀ ਕੁਛ ਸਵਾਲ ਰਿਹਾ ਵਾ। ਜੀ ਆ ਗਿਆ ਜੀ। ਜੀ ਮੈਂ ਦੱਸਣਾ ਚਾਹੁੰਦਾ ਬਾਜਵਾ ਸਾਹਿਬ, ਜਦੋਂ ਤੁਹਾਨੂੰ ਮੌਕਾ ਮਿਲੂਗਾ ਉਦੋਂ ਜ਼ਰੂਰ ਬੋਲਿਓ। ਮੈਂ ਦੱਸਣਾ ਚਾਹੁੰਦਾ ਆਹ ਜਿਹੜਾ ਮੰਡੀ ਦਾ ਸਬਜ਼ੀ ਦਾ ਸ਼ੈੱਡ ਹੈ, ਇਹ ਮੈਂ ਇੱਥੋਂ ਪ੍ਰਵਾਨਗੀ ਲੈ ਕੇ ਗਿਆ ਜੀ। ਮੈਂ ਧਾਲੀਵਾਲ ਸਾਹਿਬ ਤੋਂ ਸਾਈਨ ਕਰਾ ਕੇ ਲੈ ਕੇ ਗਿਆ। ਮੈਂ ਮੂਰਤ ਕੀਤਾ 2 ਵੀਕ ਪਹਿਲਾਂ ਜੀ। ਔਰ ਮੈਂ ਦੱਸਣਾ ਚਾਹੁੰਦਾ ਬਟਾਲੇ ਦੀਆਂ ਸੜਕਾਂ ਚੌੜੀਆਂ ਹੋ ਰਹੀਆਂ ਨੇ ਜੀ। ਮੈਂ ਉਸ ਧਰਤੀ ਤੋਂ ਆਉਂਦਾ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ। ਇਤਿਹਾਸ ਹੈ, ਮਹਾਰਾਜਾ ਰਣਜੀਤ ਸਿੰਘ ਵੀ ਬਟਾਲੇ ਵਿਖੇ ਵਿਆਹ ਆਏ। ਗੁਰੂ ਨਾਨਕ ਦੇਵ ਜੀ ਦਾ ਹਰ ਸਾਲ ਵਿਆਹ ਉੱਥੇ ਬੜੀ ਧੂਮਧਾਮ ਨਾਲ ਕਰਾਇਆ ਜਾਂਦਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੱਖਾਂ ਲੋਕ ਆਉਂਦੇ ਨੇ। ਅਚਲੇਸ਼ਵਰ ਧਾਮ ਹੈ, ਹਿਸਟੋਰੀਕਲ ਪਲੇਸ ਹੈ, ਹਜ਼ੀਰਾ ਪਾਰਕ ਹੈ, ਪੁਰਾਣੇ ਗੇਟ ਸੀ ਜਿਨ੍ਹਾਂ ਨੂੰ ਖੰਡਰ ਬਣਾ ਦਿੱਤਾ ਗਿਆ, ਸਰਕਾਰਾਂ ਨੇ ਢਹਿ ਢੇਰੀ ਹੋਣ ਵਾਸਤੇ ਰੱਖ ਦਿੱਤਾ ਗਿਆ। ਹੁਣ ਮੈਨੂੰ FM ਸਾਹਿਬ ਵੱਲੋਂ ਇੱਕ ਬੜਾ ਆਸ਼ਵਾਸਨ ਦਿੱਤਾ ਗਿਆ ਵੀ ਤਗੜਾ ਹੋ, ਸ਼ਹਿਰ ਦੀ ਸੇਵਾ ਕਰ, ਭਗਵੰਤ ਮਾਨ ਸਾਹਿਬ ਸਰਕਾਰ ਤੇਰੇ ਸਿਰ 'ਤੇ ਹੱਥ ਹੈ, ਤੇਰੇ ਸ਼ਹਿਰ ਨੂੰ ਬਿਹਤਰੀਨ ਬਣਾ ਕੇ ਦੇਵਾਂਗੇ। ਮੈਂ ਸਲੂਟ ਕਰਦਾ ਜੀ।